ਖਤਮ ਕਰੋ, ਜ਼ਿੰਦਾਬਾਦ, ਖਤਮ ਕਰੋ, ਤਸਵੀਰਾਂ ਦੀਨਾਨਗਰ ਦੀਆਂ ਹਨ ਜਿੱਥੇ ਕਿ ਬੀਤੇ ਦਿਨ ਕਤਲ ਕੀਤੇ ਗਏ ਰੋਹਿਤ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਇੱਕ ਪੁਲਿਸ ਮੁਲਾਜ਼ਮ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਹਾਈਵੇ ਜਾਮ ਕਰਕੇ ਇਸ ਪੁਲਿਸ ਮੁਲਾਜ਼ਮ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਰੋਹਿਤ ਕੁਮਾਰ ਦੀ ਪਿਛਲੇ ਦਿਨੀ ਹੱਤਿਆ ਕਰ ਦਿੱਤੀ ਗਈ ਸੀ। ਉਸਦੀ ਚਚੇਰੀ ਭੈਣ ਨੇ ਆਪਣੇ ਆਸ਼ਿਕ ਦੇ ਨਾਲ ਰਲ ਕੇ ਹੀ ਉਸਦੀ ਹੱਤਿਆ ਕੀਤੀ ਸੀ ਅਤੇ ਉਸ ਤੋਂ ਬਾਅਦ ਹੁਣ ਉਸਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇੱਕ ਦੀਨਾਨਗਰ ਥਾਣੇ ਦਾ ਪੁਲਿਸ ਮੁਲਾਜ਼ਮ ਇਸ ਮਾਮਲੇ ਸੰਬੰਧੀ ਫੋਨ ਤੇ ਬੇਹੱਦ ਹੀ ਗਲਤ ਨਿੰਦਣਯੋਗ ਗੱਲਾਂ ਕਰਦਾ ਪਾਇਆ ਗਿਆ ਹੈ, ਜਿਸ ਤੋਂ ਬਾਅਦ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸੰਬੰਧਿਤ DSP ਨੂੰ ਇਸ ਮਾਮਲੇ ਤੇ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਹ ਧਰਨਾ ਇਸ ਕਰਕੇ ਦਿੱਤਾ ਗਿਆ ਸੀ, ਇਹ ਵੱਡੇ ਅਫਸਰ ਕਹਿ ਰਹੇ ਸੀ ਕਿ ਲੜਕੀ ਔਰ ਲੜਕੇ ਦਾ ਇਹ ਕਤਲ ਜੋ ਕੀਤਾ ਹੈ ਉਹ ਬਹੁਤ ਮਦਭਾਗਾ ਕਤਲ ਕੀਤਾ ਹੈ, ਪਰ ਉਹਦੇ ਵਿੱਚ ਕੁਛ ਕਮੈਂਟ ਆ ਰਹੇ ਸੀ ਵੀ ਇਹ ਲੜਕੀ ਦਾ ਭਰਾ ਹੀ ਗਲਤ ਸੀਗਾ। ਠੀਕ ਹੈ, ਇਹ ਇੱਕ ਖਾਕੀ ਵਰਦੇ ਦੇ ਵਰਦੀ ਵਾਲੇ ਤੋਂ ਹੀ ਇਹ ਲਫ਼ਜ਼ ਬੋਲਿਆ ਗਿਆ। ਮੈਂ ਇੱਕ ਕਾਪੀ ਲੈਣ ਵਾਸਤੇ ਕਿਸੇ ਸੱਜਣ ਕੋਲ ਗਿਆ ਸੀਗਾ ਕਿ ਥਾਣੇ ਤੋਂ ਕੋਈ ਰਿਪੋਰਟ ਲੈ ਆਈਏ, ਕਾਪੀ ਲੈ ਆਈਏ ਵੀ ਕੀ ਬਣਿਆ ਕਿਸ ਤਰ੍ਹਾਂ ਨਹੀਂ। ਉਹਨੇ ਕਿਹਾ ਠੀਕ ਹੈ, ਮੈਂ ਇੱਕ ਫੋਨ ਕਰਕੇ ਪਤਾ ਕਰਦਾ ਕੀ ਬਣਿਆ। ਜਦ ਉਹਨੇ ਫੋਨ ਕੀਤਾ ਉਹ ਫੋਨ ਜਿਹੜਾ ਹੈਂਡ ਲੱਗਾ ਹੋਇਆ ਸੀਗਾ। ਠੀਕ ਹੈ, ਉਹਦੀ ਆਵਾਜ਼ ਵਿੱਚ ਜਦ ਉਹਨੇ ਇੰਨੀ ਹੀ ਗੱਲ ਪੁੱਛੀ, ਉਹ ਮੁਲਾਜ਼ਮ ਗਾੜੀਓ ਕੀ ਕਹਿੰਦਾ, ਬਹੁਤ ਗਲਤ ਕਮੈਂਟ ਕੀਤੇ ਆ, ਉਹ ਮੈਂ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਉਹ ਬਹੁਤ ਵੱਡੇ ਹੀ ਕਮੈਂਟ ਕੀਤੇ ਹੋਏ ਆ ਕਿ ਲੜਕੇ ਦਾ ਹੀ ਕਸੂਰ ਆ। ਪਰ ਅੱਜ ਇੱਥੇ ਆ ਕੇ ਪ੍ਰਸ਼ਾਸਨ ਜਾਂ DSP SSP ਜਿਨ੍ਹਾਂ ਨੇ ਵੀ ਮੇਰੇ ਨਾਲ ਗੱਲ ਕੀਤੀ, ਉਹਨਾਂ ਕਿਹਾ ਵੀ ਨਹੀਂ ਇੱਦਾਂ ਦਾ ਕੋਈ ਗੱਲ ਨਹੀਂ, ਤੇਰਾ ਪੁੱਤਰ ਬਿਲਕੁਲ ਨਿਰਦੋਸ਼ ਆ, ਸਿਰਫ ਉਹਨਾਂ ਦਾ ਹੀ ਕਸੂਰ ਹੈ, ਉਹਨਾਂ ਨੇ ਹੀ ਕਤਲ ਕੀਤਾ ਹੋਇਆ। ਮਾਮਲਾ ਕੀ ਸੀਗਾ ਪੂਰਾ ਵੈਸੇ? ਮਾਮਲਾ ਇਸ ਬਾਰੇ ਉਹੀ ਦੱਸ ਸਕਦੇ ਆ ਵੀ ਕੀ ਆ, ਜਾਂ SSP ਜਾਂ ਜਿਨ੍ਹਾਂ ਨੇ ਪਰਚਾ ਕੀਤਾ ਉਹੀ ਦੱਸ ਸਕਦੇ ਆ ਜੇ ਪਤਾ ਹੁੰਦਾ ਇਹ ਨੌਬਤ ਕਿਉਂ ਆਉਂਦੀ। ਇਹ ਧਰਨਾ ਇੱਕ ਸਿਰਫ ਮੁਲਾਜ਼ਮ ਦੇ ਹੀ ਤੌਰ 'ਤੇ ਕਰਕੇ ਇਹ ਧਰਨਾ ਦਿੱਤਾ ਗਿਆ ਕਿ ਮੇਰੇ ਬੇਟਾ ਮਰਨ ਤੋਂ ਬਾਅਦ, ਸੰਸਕਾਰ ਤੋਂ ਬਾਅਦ ਉਹਨੂੰ ਇੱਕ ਖਾਕੀ ਵਰਦਾ ਵਾਲਾ ਹੀ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਨਾਮ ਉਸਦਾ ਬਲਦੇਵ ਰਾਜ, ਬਲਦੇਵ ਰਾਜ ਕਿੱਲੀ ਕਿੱਲੀ ਉਦਾਂ ਬਲਦੇਵ ਰਾਜ। ਉਹਨਾਂ ਨੇ ਸਵਾਸਨ ਦਿੱਤਾ ਕਿ ਉਸਦੇ ਬਦੂਣ ਉਹਨੇ ਬਹੁਤ ਬਹੁਤ ਕੁਛ ਗਲਤ ਬੋਲਿਆ, ਇਹ ਮਦਭਾਗਾ ਸੀ, ਉਹਨੂੰ ਇਹ ਬੋਲਣਾ ਨਹੀਂ ਚਾਹੀਦਾ, ਅਤੇ ਇਸ ਕਰਕੇ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹ ਕੰਪਲੇਨ ਦੇ ਆਇਆ, ਉਹਨਾਂ ਨੇ ਕੰਪਲੇਨ ਵੱਲੋਂ ਕਿਹਾ ਸੀ ਕਿ ਕੰਪਲੇਨ ਦੇ ਆ। ਪਰਿਵਾਰ ਵੱਲੋਂ ਲਗਾਇਆ ਗਿਆ, ਕੀ ਕਹਿਣਾ ਚਾਹੁੰਦੇ ਹੋ? ਅੱਜ ਇੱਕ ਜਿਹੜਾ ਸਾਡਾ 302 ਦਾ ਮੁਕੱਦਮਾ ਦਰਜ ਹੋਇਆ ਸੀ, ਜਿਹੜਾ ਦਾਖਲੇ ਪਿੰਡ ਦੇ ਲੜਕੇ ਨੂੰ ਮਾਰਿਆ ਸੀ, ਉਹਦੇ ਸੰਬੰਧ ਵਿੱਚ ਉਹਦੇ ਪਰਿਵਾਰ ਵਾਲਿਆਂ ਦੇ ਕੁਛ ਉਹਨਾਂ ਨੂੰ ਸ਼ੱਕ ਸ਼ੁਬਾ ਹੈਗਾ ਸੀ। ਉਸ ਸੰਬੰਧ ਵਿੱਚ ਉਹਨਾਂ ਨੇ ਅੱਜ ਥਾਣੇ ਮੂਹਰੇ ਧਰਨਾ ਲਾਇਆ, ਉਹਨਾਂ ਦੀ ਆਪਾਂ ਤਸੱਲੀ ਕਰਵਾਈ ਆ ਵੀ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ ਔਰ ਜੋ ਪ੍ਰੋਪਰ ਕਾਰਵਾਈ ਮੁਲਜ਼ਮਾਂ ਦੇ ਖਿਲਾਫ਼ ਬਣਦੀ ਉਹ ਕਰਾਂਗੇ, ਜੇ ਕੋਈ ਹੋਰ ਕਿਸੇ ਦੀ ਵੀ ਇਨਵੋਲਵਮੈਂਟ ਨਿਕਲਦੀ ਉਹਦੇ ਵਿੱਚ ਤਾਂ ਅਸੀਂ ਉਹਨੂੰ ਵੀ ਵਿੱਚ ਨਾਮਜ਼ਦ ਕਰਕੇ ਉਹਦੇ ਖਿਲਾਫ਼ ਵੀ ਕਾਰਵਾਈ ਕਰਾਂਗੇ, ਉਹਦੀ ਅਰੈਸਟ ਪਾਵਾਂਗੇ। ਪੁਲਿਸ ਮੁਲਾਜ਼ਮ ਦਾ ਨਾਮ ਵਿੱਚ ਆਉਂਦਾ ਪਿਆ? ਹਾਂ, ਇਹ ਹੁਣ ਕਹਿ ਰਿਹਾ ਜੀ ਕਿ ਪੁਲਿਸ ਮੁਲਾਜ਼ਮ ਨੇ ਕੋਈ ਗਲਤ ਬਿਆਨਬਾਜ਼ੀ ਕੀਤੀ ਆ, ਅਸੀਂ ਉਹਨਾਂ ਬਾਰੇ ਇਹਨੂੰ ਕਿਹਾ ਵੀ ਸਾਨੂੰ ਐਪਲੀਕੇਸ਼ਨ ਦਿਓ, ਅਸੀਂ ਉਹਦੇ ਖਿਲਾਫ਼ ਜੋ ਬਣਦੀ ਕਾਰਵਾਈ ਉਹ ਕਰਦੇ ਹਾਂ। ਹੁਣ ਧਰਨਾ? ਹਾਂਜੀ, ਹੁਣ ਸਰਪੰਚ ਸਾਹਿਬ ਵੀ ਖੜ੍ਹੇ ਨੇ ਉੱਥੇ ਪਿੰਡ ਦੇ, ਇਹਨਾਂ ਨੇ ਕਿਹਾ ਵੀ ਅਸੀਂ ਧਰਨਾ ਚੁੱਕ ਲੈਂਦੇ ਹਾਂ ਅਤੇ ਤੁਹਾਡੇ ਕੋਲ ਆ ਰਹੇ ਹਾਂ ਐਪਲੀਕੇਸ਼ਨ ਦੇਣ ਵਾਸਤੇ, ਸਾਡੇ ਕੋਲ ਆ ਜਾਂਦੇ ਅਸੀਂ ਕਾਰਵਾਈ ਕਰ ਦਿੰਦੇ ਹਾਂ ਜੀ। ਜੋ ਰਿਮਾਂਡ ਅੱਜ ਤੱਕ ਆ ਜੀ, ਅੱਜ ਦੁਬਾਰਾ ਲਵਾਂਗੇ ਰਿਮਾਂਡ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।